अगर आपने अभी तक हमारा चैनल सब्सक्राइब नहीं किया तो अभी सब्सक्राइब करें और बेल आइकॉन को क्लिक करके हमारी लेटेस्ट वीडियोस के बारे में। पूरी दुनिया में इस टाइम कोरोना वायरस के कारण हाहाकार मची हुई है तो सरकारा भी अपने वालों बचाव ले पूरा जोर लगा रही हैं। उत्थे ही गुरुद्वारा श्री बेर साहिब विच आने वाली संगतां लई SGPC पूरी सावधानी वरत रही है। दर्शन जोड़ी तो लंघन वाली संगतां दे हाथ सैनिटाइजर नाल साफ करवाए जा रहे हैं। ਤੁਹਾਨੂੰ ਦੱਸ ਦਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪਰਬ ਦੇ ਚੱਲਦਿਆਂ ਰੋਜ਼ਾਨਾ ਹੀ ਭਾਰੀ ਸੰਖਿਆ ਵਿੱਚ ਸੰਗਤਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪਹੁੰਚ ਰਹੀਆਂ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਬੂਲੇ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਇਸ ਖਤਰਨਾਕ ਵਾਇਰਸ ਤੋਂ ਬਚਾਉਣ ਲਈ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੰਗਤ ਨੂੰ ਲੰਗਰ ਹਾਲ ਵਿੱਚ 2-2 ਫੁੱਟ ਦੀ ਦੂਰੀ ਤੇ ਬਿਠਾ ਕੇ ਲੰਗਰ ਛਕਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਤੇ RK ਦੀ ਖਾਸ ਰਿਪੋਰਟ A7 ਪੰਜਾਬ। ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਿਹੜਾ ਹੈ ਇਹ ਜੋ ਵਿਸ਼ਵ ਦੇ ਵਿੱਚ ਕਰੋਨਾ ਵਾਇਰਸ ਹੈ ਜਿਹੜਾ ਇਹ ਫੈਲਿਆ ਹੈ ਅਤੇ ਕਰੋਨਾ ਵਾਇਰਸ ਦੇ ਨਾਲ ਜਿਹੜਾ ਵਿਸ਼ਵ ਦੇ ਵਿੱਚ ਕਾਫੀ ਜਿਹੜੀਆਂ ਮੌਤਾਂ ਹੋ ਚੁੱਕੀਆਂ ਇਹਨੇ ਜਿਹੜਾ ਇੰਡੀਆ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੀ ਪਸਾਇਆ ਪੈਰ ਜਿਹੜੇ ਪਸਾਰ ਰਹੇ ਨੇ। ਸਾਡੇ ਪ੍ਰਧਾਨ ਜੀ ਜਥੇਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਵੀ ਉਹਨਾਂ ਨੂੰ ਦੇਸ਼ ਆਏ ਨੇ ਉਹਨਾਂ ਅਨੁਸਾਰ ਇਹ ਜਿਹੜਾ ਉਹ ਕਰੋਨਾ ਵਾਇਰਸ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਜਿਹੜਾ ਉਹ ਇੱਥੇ ਪ੍ਰਬੰਧ ਕੀਤੇ ਗਏ ਨੇ। ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸੈਨੇਟਾਈਜ਼ਰ ਹੈ ਜਿਹੜਾ ਉਹਦਾ ਪ੍ਰਬੰਧ ਕੀਤਾ ਗਿਆ। ਉਹਦਾ ਜਿਹੜਾ ਉਹ ਡਿਊੜੀ ਦੇ ਵਿੱਚ ਜਿਹੜਾ ਇੱਕੋ ਗੇਟ ਸਾਡਾ ਮੇਨ ਗੇਟ ਡਿਊੜੀ ਦੇ ਵਿੱਚ ਜਿਹੜਾ ਉਹ ਸੇਵਾਦਾਰਾਂ ਨੂੰ ਦੇ ਕੇ ਸੈਨੇਟਾਈਜ਼ਰ ਹੈ ਜਿਹੜਾ ਉਹ ਦੇ ਕੇ ਖਿਲਾਰਿਆ ਗਿਆ ਹਰੇਕ ਆਉਣ ਜਾਣ ਵਾਲੇ ਅਤੇ ਜਿਹੜਾ ਵੀ ਉਹ ਹੱਥ ਸਾਫ਼ ਕਰਕੇ ਜਿਹੜਾ ਉਹ ਦਰਬਾਰ ਸਾਹਿਬ 'ਚ ਅੰਦਰ ਜਾ ਰਹੇ ਨੇ ਅਤੇ ਲੰਗਰ ਦੇ ਵਿੱਚ ਵੀ ਜਿਹੜਾ ਉਹਦੇ ਇਤਿਆਦ ਵਰਤਿਆ ਜਾ ਰਿਹਾ ਹੈ ਜਿਵੇਂ ਕਿ ਲਾਈਨਾਂ ਲੰਗਰ ਦੇ ਵਿੱਚ ਉਹਦਾ ਕੋਈ ਫਾਸਲਾ ਜੋ ਦਿਸ਼ਾ ਨਿਰਦੇਸ਼ ਦੇ ਫਾਸਲੇ 'ਤੇ ਜਿਹੜੀ ਉਹ ਸੰਗਤ ਜਿਹੜੀ ਉਹ ਬੈਠ ਰਹੀ ਸੰਗਤਾਂ ਤੋਂ ਕੀ ਅਪੀਲ ਕਰਨੀ ਚਾਹੁੰਦਾ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਵੀ ਆਪਣੇ ਜਦੋਂ ਸੰਗਤ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਬਾਹਰ ਉਹ ਘਰਾਂ ਤੋਂ ਨਿਕਲਦੇ ਨੇ ਅਤੇ ਉਹਦੇ ਲਈ ਜਿਹੜਾ ਇਹ ਬਾਹਰ ਵਾਸ਼ਵੇਸ਼ਨ ਵੈਸੇ ਬਾਹਰ ਵਾਸ਼ਵੇਸ਼ਨ 'ਤੇ ਡਿਟੋਲ ਸਾਬਣ ਰੱਖਿਆ ਆਪਣੇ ਹੱਥ ਜਿਹੜਾ ਉਹ ਚੰਗੀ ਤਰ੍ਹਾਂ ਧੋ ਕੇ ਅਤੇ ਅੰਦਰ ਆਉਣ ਅਤੇ ਸੈਨੇਟਾਈਜ਼ਰ ਜਿਹੜਾ ਉਹਦੇ ਨਾਲ ਹੱਥ ਸਾਫ਼ ਕਰਕੇ ਜਿਹੜੇ ਅੰਦਰ ਜਾਣ। ਸੰਗਤਾਂ ਨੂੰ ਅਪੀਲ ਹੈ ਗੁਰਦੁਆਰਾ ਸਾਹਿਬ ਵੱਲੋਂ ਪ੍ਰਬੰਧ ਵੱਲੋਂ ਜਿਹੜਾ ਪ੍ਰਧਾਨ ਸਾਹਿਬ ਗੋਬਿੰਦ ਸਿੰਘ ਜੀ ਲੌਂਗੋਵਾਲ ਵੱਲੋਂ ਕਿ ਜਿਹੜੀ ਸੰਗਤਾਂ ਨੇ ਉਹ ਆਪਣਾ ਖੁਦ ਖਿਆਲ ਜਿਹੜਾ ਉਹ ਆਪ ਰੱਖਣ ਇਹਦੇ ਨਾਲ ਜਿਹੜਾ ਇਹ ਕਰੋਨਾ ਵਾਇਰਸ ਹੈ ਜਿਹੜਾ ਇਹ ਪੰਜਾਬ ਦੇ ਵਿੱਚ ਨਾ ਜਿਹੜਾ ਵਧੇ ਅਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਇਹ ਜਗਤ ਨੂੰ ਤਾਰਨ ਵਾਲੇ ਨੇ ਕਿਰਪਾ ਕਰਨਗੇ ਇਹਦੇ ਨਾਲ ਜਿਹੜਾ ਕਰੋਨਾ ਵਾਇਰਸ ਦੇ ਜਿਹੜੀ ਉਹ ਰੋਕ ਲੱਗੇ। ਕੀ ਨਾਮ? ਹਾਂਜੀ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ। ਅਸੀਂ ਮੁੰਡਾ ਪਿੰਡ ਤੋਂ ਆਏ ਹਾਂ, ਮੱਥਾ ਟੇਕਣ ਲਈ ਆਏ ਸੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ। ਠੀਕ ਹੈ ਜੀ, ਆਉਂਦੇ ਹੋਏ ਜਦੋਂ ਸੰਗਤਾਂ ਐਂਟਰ ਕਰਦੀਆਂ ਗੁਰਦੁਆਰੇ ਵਿੱਚ ਅਤੇ ਸੈਨੀਟਾਈਜ਼ਰ ਦਿੱਤਾ ਗਿਆ, ਉਸ ਨੂੰ ਬਹੁਤ ਵਧੀਆ ਲੱਗਾ ਜੀ। ਮੇਰਾ ਨਾਮ ਮਨਵਿੰਦਰ ਸਿੰਘ ਹੈ, ਮੈਂ ਸੁਲਤਾਨਪੁਰ ਦਾ ਵਾਸੀ ਹਾਂ। ਜਿਹੜਾ ਗੁਰਦੁਆਰਾ ਬੇਰ ਸਾਹਿਬ ਵੱਲੋਂ ਸੈਨੀਟਾਈਜ਼ਰ ਵਰਤਿਆ ਜਾ ਰਿਹਾ, ਮਤਲਬ ਕਿ ਬਹੁਤ ਵਧੀਆ ਉਪਰਾਲਾ ਵਾ, ਮਤਲਬ ਕਿ ਸਾਰੀ ਸੰਗਤ ਨੂੰ ਗੁਰਦੁਆਰੇ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਅਤੇ ਨਾਲ ਦੀ ਨਾਲ ਆਪਾਂ ਨੂੰ ਆਪ ਮਤਲਬ ਕਿ ਘਰ ਦੀ ਸਫਾਈ ਵੀ ਆਪ ਹੀ ਰੱਖਣੀ ਚਾਹੀਦੀ, ਸੈਨੀਟਾਈਜ਼ਰ ਆਪ ਘਰ ਵੀ ਯੂਜ਼ ਕਰਨਾ ਚਾਹੀਦਾ ਅਤੇ ਲੋਕਾਂ ਨੂੰ ਵੀ ਅਵੋਇਡ ਕਰਨਾ ਚਾਹੀਦਾ ਕਿ ਮਤਲਬ ਭੀੜ ਵਾਲੇ ਥਾਵਾਂ 'ਤੇ।